ਇੱਕ ਮਾਨਸਿਕਤਾ ਕੈਸੀ ਸੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਤੇ ਮਿਸਲਾਂ ਦੀ ਬੰਤਰ ਤੱਕ ਕਰੀਬ 90 ਸਾਲ ਦਾ ਇਹ ਇਤਿਹਾਸ ਆ ਜਿਹਦੇ ਵਿੱਚ ਮੀਰ ਮੰਨੂ ਵੀ ਆ ਜਾਂਦਾ ਅਹਿਮਦ ਸ਼ਾਹ ਅਬਦਾਲੀ ਵੀ ਨਾਦਰ ਸ਼ਾਹ ਵੀ ਆ ਜਾਂਦਾ ਇਹਦੇ ਤੋਂ ਮਾੜਾ ਸਮਾਂ ਕਦੀ ਸਿੱਖੀ ਤੇ ਨਹੀਂ ਆਇਆ ਐਸੇ ਸਿੱਖ ਸੀ ਜਿਨ੍ਹਾਂ ਦੀ ਜਾਇਦਾਦ ਇੱਕ ਘੋੜਾ ਤੇ ਇੱਕ 2 1/2 ਫੁੱਟੀ ਕਿਰਪਾਨ ਸੀ ਉਹ ਸ਼ਾਦੀ ਚੋਦਾ ਵੀ ਸੀ ਉਹਨਾਂ ਦੇ ਬੱਚੇ ਵੀ ਸੀ ਲੇਕਿਨ ਕੋਈ ਘਰ ਬਾਰ ਨਹੀਂ ਸੀ ਕਿੱਥੇ ਰਾਤ ਨੂੰ ਰਹਿਣਾ ਕੋਈ ਪਤਾ ਨਹੀਂ ਸੀ ਹੁੰਦਾ ਖਾਣਾ ਕੀ ਆ ਇੱਕ ਪੈਸਾ ਵੀ ਜੇਬ ਵਿੱਚ ਨਹੀਂ ਸੀ ਹੁੰਦਾ ਇੰਨਾ ਹਾਲਾਤਾਂ ਦੇ ਵਿੱਚ ਉਹਨਾਂ ਸਿੱਖੀ ਤੇ ਪਹਿਰਾ ਦਿੱਤਾ ਔਰ ਮੈਂ ਇਤਿਹਾਸ ਪੜ੍ਹ ਕੇ ਆ ਨਾ ਕਿ ਨਾਦਰ ਸ਼ਾਹ ਨੇ ਵੀ ਤੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਸਿੱਖਾਂ ਨੂੰ ਕਿਹਾ ਕਿ ਤੁਸੀਂ ਕਿਉਂ ਲੜਦੇ ਹੋ ਸਾਡੇ ਨਾਲ ਅਸੀਂ ਤੇ ਆਉਨੇ ਆ ਦਿੱਲੀ ਦਾ ਖਜ਼ਾਨਾ ਲੁੱਟਣ ਵਾਸਤੇ ਤੁਸੀਂ ਖਾ-ਮਖਾ ਸਾਡੇ ਨਾਲ ਲੜਦੇ ਹੋ ਲੇਕਿਨ ਉਹਨਾਂ ਕਹੇ ਵੀ ਅਸੀਂ ਤੁਹਾਡਾ ਸਮਝੌਤਾ ਚਾਹੁੰਦੇ ਆ ਰਾਜ ਚਾਹੁੰਦੇ ਹੋ ਨਾ ਅਸੀਂ ਪੰਜਾਬ ਦਾ ਰਾਜ ਤੁਹਾਨੂੰ ਦੇਣ ਨੂੰ ਤਿਆਰ ਆ ਲੇਕਿਨ ਇੱਕ ਸ਼ਰਤ ਰੱਖੀ ਕਿ ਮੁਸਲਮਾਨ ਬਣ ਜਾਓ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੇ ਕਿਹਾ ਮੁਸਲਮਾਨ ਬਣ ਜਾਈਏ ਆਪਣਾ ਆਪਣੀ ਸਿੱਖੀ ਛੱਡਦੀ ਹੈ ਆਪਣਾ ਧਰਮ ਛੱਡਦੀ ਹੈ ਨਹੀਂ ਸਾਨੂੰ ਉਹ ਰਾਜ ਭਾਗ ਨਹੀਂ ਚਾਹੀਦਾ ਜਿਹੜਾ ਸਾਡੇ ਆਪਣੇ ਧਰਮ ਤੋਂ ਆਪਣੀ ਸਿੱਖੀ ਤੋਂ ਬੇਮੁਖ ਕਰੇ ਤੇ ਉਹਨਾਂ ਇਹ ਕਿਹਾ ਕਿ ਉਹ ਨਿਰੰਕਾਰ ਸਾਨੂੰ ਰਾਜ ਭਾਗ ਦੇਊਗਾ ਅਸੀਂ ਕਰਾਂਗੇ ਤੇ ਜਾਂ ਫਿਰ ਸਾਡੇ ਡੌਲਿਆਂ 'ਚ ਜ਼ੋਰ ਹੋਊਗਾ ਤੇ ਰਾਜ ਭਾਗ ਲੈ ਲਾਂਗੇ ਤੇਰੀ ਦਿੱਤੀ ਖਰਾਇਚ ਰਾਜ ਭਾਗ ਨਹੀਂ ਅਸੀਂ ਲੈਣਾ ਆਪਣੀ ਸਿੱਕੀ ਤੇ ਪਰਪੱਕ ਲੈਣਾ ਇਹ ਸੋਚ ਸੀ ਜੀ ਅੱਜ ਪ੍ਰਕਾਸ਼ ਸਿੰਘ ਬਾਦਲ ਨੇ 40 ਸਾਲ ਸਿੱਖ ਕੌਮ ਦੀ ਅਗਵਾਈ ਕੀਤੀ ਆ ਤੇ ਉਸ ਸਾਈਕੀ ਵਾਲੇ ਬਹਾਦਰੀ ਦੀ ਸਾਈਕੀ ਵਾਲੇ ਲੋਕ ਕੁਰਬਾਨੀ ਵਾਲੇ ਲੋਕ ਜਿਨ੍ਹਾਂ ਨੂੰ ਰਾਜ ਭਾਗ ਮਿਲਦੇ ਸੀ ਉਨਾ ਠੋਕਰਾਏ ਨੇ ਉਸ ਸਾਈਕੀ ਨੂੰ ਬਦਲ ਕੇ ਅੱਜ ਕਿਹੋ ਜੀ ਸਾਈਕੀ ਬਣਾਤੀ ਕਿ ਲਾਲਚੀ ਬਣਾ ਦਿੱਤੇ ਟੁਕੜਬੋਜ ਪੈਦਾ ਕਰ ਦਿੱਤੇ ਆ ਤੁਹਾਡਾ ਬਿੱਲ ਮਾਫ ਕਰ ਦੇਾਂਗੇ ਨਿਕ ਨੀਕੇ ਲਾਲਚ ਦੇ ਕੇ ਆਪਣੇ ਰਾਜ ਭਾਗ ਬਣਾ ਕੇ ਤੇ ਇਹਨਾਂ ਆਪਣੇ ਘਰ ਬਣਾ ਲੈ ਜੀ ਜੀ ਇੱਕ ਗੱਲ ਮੈਂ ਬੜੀ ਸਾਫ਼ ਕਹਿਣੀ ਚਾਹੁੰਨਾ ਜਿੱਥੇ ਰਾਜਾ ਵਪਾਰੀ ਹੋਏਗਾ ਉਥੇ ਕਦੀ ਪਰਜਾ ਨੂੰ ਇਨਸਾਫ ਨਹੀਂ ਮਿਲ ਸਕਦਾ ਜੋ ਪਾਪ ਇਸ ਪਰਿਵਾਰ ਨੇ ਕੀਤਾ ਉਹ ਕਾਲਪੁਰਖ ਨੇ ਇਹਨਾਂ ਨੂੰ ਕਦੀ ਨਹੀਂ ਬਖਸ਼ਣਾ ਔਰ ਉਹ ਵੇਲਾ ਆ ਗਿਆ ਜੀ ਪਾਪ ਦਾ ਘੜਾ ਭਰ ਗਿਆ ਵਾ ਜੀ ਬਿਲਕੁਲ ਸੇਖੋਂ ਸਾਹਿਬ ਬਹੁਤ ਖਤਰਨਾਕ ਹੁੰਦਾ ਹੈ ਮਾਨਸਿਕਤਾ ਨੂੰ ਗੁਲਾਮ ਬਣਾ ਦੇਣਾ ਉਹ ਤੁਸੀਂ ਦੱਸਿਆ ਹੈਗਾ ਕਿ ਕਿਸ ਤਰ੍ਹਾਂ 40 ਸਾਲਾਂ ਦੇ ਵਿੱਚ ਮਾਨਸਿਕ ਤੌਰ ਤੇ ਖਤਮ ਹੀ ਕਰ ਦਿੱਤਾ ਉਹ ਜੁਝਾਰੂਪਨ ਜਿਹੜਾ ਹੈ ਸੀ ਸਿੱਖਾਂ ਦਾ ਪੰਜਾਬੀਆਂ ਦਾ ਸੋ ਕਿੰਨਾ ਟਾਈਮ ਇਹਦੇ ਵਿੱਚ ਉਭਰਨ ਨੂੰ ਲੱਗੇਗਾ ਹਾਲਾਂਕਿ ਲੋਕ ਜੋ ਹਾਲਾਤ ਦੇਖਦੇ ਆ ਪੋਲੀਟੀਕਲੀ ਉਹ ਕਾਫੀ ਬਦਲ ਚੁੱਕੇ ਨੇ ਲੋਕ ਇਹਨਾਂ ਨੂੰ ਨਕਾਰ ਚੁੱਕੇ ਨੇ 2017 ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਪਰ ਉਹ ਮਾਨਸਿਕਤਾ ਦੇ ਵਿੱਚੋਂ ਉਭਰਨ ਨੂੰ ਕਿੰਨਾ ਕੁ ਟਾਈਮ ਲੱਗੂਗਾ ਲੋਕਾਂ ਨੂੰ ਕਿੰਨਾ ਨੁਕਸਾਨ ਕਰਤਾ ਇਹਨਾਂ ਨੇ ਹਰ ਗੱਲ ਦੀ ਹੱਦ ਹੁੰਦੀ ਆ ਇਹਨਾਂ ਦਾ ਵੀ ਹੁਣ ਅੰਤ ਆ ਗਿਆ ਹੁਣ ਲੋਕ ਜਾਗਰੂਕ ਹੋ ਗਏ ਆ ਜਿਹੜਾ ਆਪਣੇ ਸੋਸ਼ਲ ਮੀਡੀਆ ਆ ਗਿਆ ਇਲੈਕਟ੍ਰੋਨਿਕ ਮੀਡੀਆ ਆ ਗਿਆ ਪ੍ਰਿੰਟ ਮੀਡੀਆ ਆ ਗਿਆ ਜੀ ਇਹਨੇ ਬੜੀ ਵੱਡੀ ਜਾਗਰੂਕਤਾ ਲਿਆਂਦੀ ਆ ਲੋਕਾਂ 'ਚ ਹੁਣ ਹਰ ਗੱਲ ਤੁਸੀਂ ਕਰਦੇ ਹੋ ਤੇ ਸੈਕਿੰਟਾਂ 'ਚ ਮਿੰਟ ਤੇ ਬਹੁਤ ਲੰਬਾ ਸੈਕਿੰਟਾਂ ਵਿੱਚ ਸਾਰੀ ਦੁਨੀਆ 'ਚ ਚਲੀ ਜਾਂਦੀ ਆ ਇਸ ਕਰਕੇ ਇਹ ਜਾਗਰੂਕਤਾ ਹੁਣ ਪੰਜਾਬ ਦੇ ਲੋਕਾਂ 'ਚ ਆ ਚੁੱਕੀ ਆ ਮੇਰੇ ਖਿਆਲ ਮੁਤਾਬਕ ਹੁਣ ਅਗਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਾਂ ਜਿਹੜੀ 2022 ਚ ਅਸੈਂਬਲੀ ਦੀ ਚੋਣ ਆਉਣੀ ਆ ਉਹਦੇ ਵਿੱਚ ਬਾਦਲ ਪਰਿਵਾਰ ਨੂੰ ਨਕਾਰ ਕੇ ਲੋਕੀ ਚੰਗੇ ਹੱਥਾਂ ਵਿੱਚ ਇਹ ਪ੍ਰਬੰਧ ਦੇਣਗੇ ਜੀ ਤੁਸੀਂ ਕਹਿਆ ਜਾਗਰੂਕਤਾ ਆ ਚੁੱਕੀ ਆ ਜਾਗਰੂਕਤਾ ਪਾਰਟੀ ਦੇ ਲੀਡਰਾਂ ਵਿੱਚ ਵੀ ਆਈ ਆ ਤੁਹਾਡੇ ਵਿੱਚ ਵੀ ਆਈ ਤੁਸੀਂ ਕਿਹਾ ਸੀ ਕਿ ਨਾਮ ਤੁਸੀਂ ਉਹਨਾਂ ਦਾ ਨਹੀਂ ਦੱਸ ਸਕਦੇ ਜਿਹੜੇ ਆਉਣਗੇ ਹੋਰ ਟਕਸਾਲੀ ਜਿਹੜੇ ਤੁਹਾਡੀ ਸੋਚ ਵਾਲੇ ਨੇ ਜਿਹੜੇ ਨਹੀਂ ਆਉਣਗੇ ਉਹਨਾਂ ਦੇ ਨਾਮ ਦੱਸ ਸਕਦੇ ਹੋ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਵੀ ਹੁਣ ਮੈਂ ਕੀ ਕਹਿ ਸਕਣਾ ਵੀ ਕਿੰਨੇ ਆਉਣਾ ਤੇ ਕਿੰਨੇ ਨਹੀਂ ਆਉਣਾ ਪਰ ਮੇਰੇ ਖਿਆਲ ਮੁਤਾਬਕ ਜਿਹੜੇ ਜਾਗਦੀ ਜ਼ਮੀਰ ਵਾਲੇ ਲੋਕ ਆ ਉਹ ਤਾਂ ਸਾਡੇ ਕਾਫਲੇ ਚ ਸ਼ਾਮਲ ਹੋਣਗੇ ਤੇ ਜਿਨ੍ਹਾਂ ਨੇ ਜ਼ਮੀਰ ਮਰ ਗਈ ਆ ਬਾਦਲਾਂ ਨੇ ਉਹਨਾਂ ਦੀ ਜ਼ਮੀਰ ਹੀ ਮਾਰ ਦਿੱਤੀ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ